ਹੋਟਲ ਦੇ ਬਾਹਰ ਕੁਝ ਨੌਜਵਾਨਾਂ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਤੇ ਇਲਜ਼ਾਮ ਇਹ ਵੀ ਲੱਗੇ ਨੇ ਕਿ ਇਹਨਾਂ ਵੱਲੋਂ ਮੌਕੇ ਤੇ ਗੋਲੀਆਂ ਵੀ ਚਲਾਈਆਂ ਗਈਆਂ ਨੇ, ਜਿਸ ਦੇ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਪਰ ਪੁਲਿਸ ਨੇ ਗੋਲੀਆਂ ਚੱਲਣ ਦੀ ਵਾਰਦਾਤ ਤੋਂ ਇਨਕਾਰ ਕੀਤਾ ਹੈ ਤੇ ਕਿਹਾ ਕਿ ਕੋਈ ਵੀ ਗੋਲੀ ਨਹੀਂ ਚੱਲੀ, ਨੌਜਵਾਨਾਂ ਵੱਲੋਂ ਗੁੰਡਾਗਰਦੀ ਕੀਤੀ ਗਈ ਸੀ। ਇਸ ਸੰਬੰਧ ਵਿੱਚ ਹੋਟਲ 'ਚ ਕੰਮ ਕਰਨ ਵਾਲੇ ਕਰਿੰਦੇ ਨੇ ਦੱਸਿਆ ਕਿ 20 ਤੋਂ 25 ਨੌਜਵਾਨ ਹੋਟਲ ਦੇ ਬਾਹਰ ਆਏ ਅਤੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੰਦੇ ਨੇ। ਫਿਰ ਉਹਨਾਂ ਵੱਲੋਂ ਪੂਰੀ ਤਰੀਕੇ ਨਾਲ ਗੁੰਡਾਗਰਦੀ ਕੀਤੀ ਜਾਂਦੀ ਹੈ ਅਤੇ ਗੋਲੀਆਂ ਵੀ ਚਲਾਈਆਂ ਜਾਂਦੀਆਂ ਨੇ, ਜਿਸ ਤੋਂ ਬਾਅਦ ਹੋਟਲ ਦੇ ਕਰਿੰਦਿਆਂ ਵੱਲੋਂ ਹੋਟਲ ਮਾਲਕ ਨੂੰ ਸੂਚਿਤ ਕੀਤਾ ਜਾਂਦਾ ਤੇ ਹੋਟਲ ਮਾਲਕ ਮੌਕੇ ਤੇ ਪਹੁੰਚਦਾ ਤੇ ਫਿਰ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ, ਜਿਸ ਤੋਂ ਬਾਅਦ ਹੋਟਲ ਮਾਲਕ ਵੱਲੋਂ ਪੁਲਿਸ ਕੋਲ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਝੀਲ ਮੰਡੀ ਇਲਾਕੇ ਦੇ ਵਿੱਚ ਹੋਟਲ ਦੇ ਵਿੱਚ ਕੁਝ ਨੌਜਵਾਨਾਂ ਵੱਲੋਂ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਕੋਈ ਵੀ ਗੋਲੀ ਨਹੀਂ ਚੱਲੀ ਹੈ ਜੋ ਪੁਲਿਸ ਨੂੰ ਸੂਚਨਾ ਮਿਲੀ ਹੈ ਤੇ ਸਾਰਾ ਝਗੜਾ ਕਾਰ ਪਾਰਕਿੰਗ ਨੂੰ ਲੈ ਕੇ ਹੋਇਆ ਤੇ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਭਾਜੀ 12 ਸਾਢੇ 12 ਵਜੇ ਦੀ ਗੱਲ ਹੈ, 12:30 ਵਜੇ ਦਾ ਐਗਜ਼ੈਕਟਲੀ ਟਾਈਮ ਸੀਗਾ। ਕੋਈ ਕਿੰਨੇ ਬੰਦੇ ਸੀ ਉਹ ਬੰਦੇ? ਜੀ 20-25 ਮੁੰਡੇ ਸੀਗੇ ਤੇ ਬਾਕੀ ਪਿੱਛੇ ਖਲੋਤੇ ਵੇਖਦੇ ਪਏ ਸੀਗੇ ਤੇ ਕੋਈ ਬਾਹਰ ਨਿਕਲੇ ਤੇ ਅਸੀਂ ਕੁੰਡਾ ਨਹੀਂ ਖੋਲਿਆ ਜੀ, ਡਰਦੇ ਮਾਰਿਆ। ਜਦੋਂ ਅੰਦਰ ਆਏ ਆ ਤੇ ਉਹਨਾਂ ਨੇ ਤੁਹਾਨੂੰ ਕੀ ਕਿਹਾ, ਕੁਝ ਬੋਲਿਆ ਉਹਨਾਂ ਨੇ? ਜਦੋਂ ਅੰਦਰ ਆਏ ਤੇ ਗਾਲਾਂ ਕੱਢੀਆਂ, ਕਹਿੰਦੇ ਬਾਹਰ ਨਿਕਲੋ, ਅੱਜ ਮਾਰ ਕੇ ਮੁਕਾ ਕੇ ਜਾਵਾਂਗੇ। ਅੱਛਾ। ਤੇ ਅਸੀਂ ਮਾਲਕਾਂ ਨੂੰ ਮੁੜ ਕੇ ਫੋਨ ਲਾਇਆ ਤੇ ਮੁੜ ਕੇ ਮਾਲਕ ਆਏ, ਉਹਨਾਂ ਦੇਖਿਆ ਤੇ ਪੁਲਿਸ ਸੱਦੀ ਤੇ ਪੁਲਿਸ ਮੌਕਾ ਵੇਖ ਕੇ ਗਈ, ਗੋਲੀਆਂ ਬਾਹਰ ਚਲਾਈਆਂ ਜੀ, ਉਹਨਾਂ ਬਾਹਰ ਗੇਟ ਤੇ ਚਲਾਈਆਂ, ਜਿਹੜਾ ਬੋਰਡ ਲੱਗਾ ਸੀ ਸਾਡਾ ਸਟੇ ਹੁੰਦਾ ਹੋਟਲ ਦਾ ਤੇ ਉਹ ਬੋਰਡ ਤੇ ਮਾਰ ਕੇ ਗਏ ਜੀ, ਤੇ ਉਹਨਾਂ ਦੇ ਹੱਥ ਕੋਈ ਨਹੀਂ ਲੱਗਾ, ਉਹਨਾਂ ਬਸ ਆਪਣਾ ਗੁੱਸਾ ਉੱਤੇ ਕੱਢ ਕੇ ਗਈ ਸਾਰਾ ਜੀ, ਬਾਹਰ LCD ਤੋੜ ਗਏ ਬਾਹਰ ਥੱਲੇ। ਜਦੋਂ ਅਸੀਂ ਆ ਕੇ ਉਹਨਾਂ ਦੇ ਡਰ, ਜਦੋਂ ਉਹ ਚਲੇ ਗਏ ਤੇ DVR LCD ਅਸੀਂ ਹੈ ਨਹੀਂ ਸੀ ਇੱਥੇ ਕੁਛ ਵੀ, ਤੇ ਜਦੋਂ ਅਸੀਂ ਇੱਥੋਂ ਚੜ੍ਹੇ ਹਾਂ ਉੱਪਰ, ਜਦੋਂ ਬਾਹਰ ਖਲੋਤੇ ਹੀ ਗਏ ਉਹ, ਤੇ ਉਦੋਂ ਅਸੀਂ ਚੱਲਦਾ ਛੱਡ ਕੇ ਗਏ, ਕੈਮਰੇ 'ਚ ਦੇਖੇ ਅਸੀਂ ਵੀ ਮੁੰਡੇ ਅੰਦਰ ਆਏ। ਕਿੰਨੇ ਜਾਣੇ ਕੋਲ ਹਥਿਆਰ ਸੀ? ਹਥਿਆਰ ਲਗਭਗ ਸਾਰਿਆਂ ਦੇ ਕੋਲ ਹੀ ਹਥਿਆਰ ਸੀਗੇ ਜੀ। ਅੱਛਾ, ਕਿੰਨੀਆਂ ਗੱਡੀਆਂ ਚਾਹੀਏ ਸੀ ਉਹ? ਗੱਡੀਆਂ 3 ਸੀਗੀਆਂ ਜੀ। ਹਾਂਜੀ ਭਾਜੀ, ਕੱਲ ਕੀ ਗੱਲਬਾਤ ਹੋਈ ਹੈ ਜਿਹੜੀਆਂ ਗੋਲੀਆਂ ਦਲੀਆਂ ਚੱਲੀਆਂ ਸੀ? ਭਾਜੀ ਇੱਥੇ 15-20 ਜਣੇ ਆਏ ਆ ਅਤੇ ਸਾਡੀ ਕੋਈ ਗੱਲਬਾਤ ਨਹੀਂ ਕਿਸੇ ਨਾਲ, ਆਣ ਕੇ 3 ਗੱਡੀਆਂ 'ਚ ਕੋ ਮੋਟਰਸਾਈਕਲ ਅਤੇ ਆਏ, ਸਿੱਧੇ ਹੀ ਬੋਤਲਾਂ ਮਾਰਨ ਲੱਗ ਪਏ ਆ ਅਤੇ ਭੰਨ ਤੋੜ ਕਰਨ ਲੱਗ ਪਏ, ਆਣ ਕੇ ਆਉਂਦਿਆਂ ਸਾਰੀ ਗਾਲਾਂ ਗੁਲਾਂ ਕੱਢਦੇ ਰਹੇ ਆ, ਅਤੇ ਪਹਿਲਾਂ ਇਹਨਾਂ ਫੋਨ 'ਤੇ ਧਮਕੀਆਂ ਲਾਈਆਂ ਜੀ ਅਤੇ ਤੁਸੀਂ ਇੱਦਾਂ ਕਰ ਦੇਣਾ, ਆਹ ਕਰ ਦੇਣਾ, ਤੁਹਾਨੂੰ ਤੁਹਾਡੇ ਜੋ ਵੀ ਆ ਇੱਦਾਂ ਕਰਦੇ ਰਹੇ। ਬਾਅਦ ਵਿੱਚ ਅੰਦਰ ਆਣ ਕੇ ਭੰਨ ਤੋੜ ਕੀਤੀ, RCC ਕੈਮਰੇ ਲੱਗੇ ਲਾਗੇ, LCD ਲਾਗੇ ਲਾਗੇ, ਅਤੇ ਇਹ ਮੁੰਡੇ ਦੋਵੇਂ ਆਪਣੇ ਅੰਦਰ ਇਹ ਮੁੜ ਕੇ ਉੱਤੇ ਜਾ ਕੇ ਆਪਣੀ ਇਹਨਾਂ ਜਾਨ ਬਚਾਈ ਆ ਅਤੇ ਫਾਇਰ ਗੋਲੀ ਗਾਲੀਆਂ ਇਹਨਾਂ ਚਲਾਈਆਂ ਇੱਥੇ ਬਾਹਰ। CCTV ਆਈ ਹੈ ਸਾਹਮਣੇ? ਹਾਂਜੀ ਆਈ ਹੈ ਜੀ, ਉਹ ਕਢਾਲੀ ਵੀਡੀਓ ਕਢਾਲੀ ਹੈ ਜੀ। ਮਗਰਲੇ ਬੰਨੇ ਆਪਣੇ ਮਾਨ ਸਿੰਘ ਗੇਟ ਦੇ ਮਗਰਲੇ ਬੰਨੇ ਜੀ। ਰਾਤ ਨੂੰ ਜਦੋਂ ਆਏ ਆ ਤੇ ਹੋਟਲ ਚ ਇਹਨਾਂ ਨੇ ਕੋਈ ਕਿਸ ਮਕਸਦ ਨਾਲ ਆਏ ਸੀ, ਕੁਛ ਲੈ ਕੇ ਗਏ ਇੱਥੋਂ? ਭਾਜੀ ਇਹਨਾਂ ਦਾ DVR ਲੈ ਗਏ ਆ, LCD ਲੈ ਗਏ ਆ ਤੇ ਗੱਲੇ ਜਾਤੂ ਤੋਂ ਮਾਰਦੇ ਰਹੇ, 3-4 ਹਜ਼ਾਰ ਰੁਪਇਆ ਸੀ ਉਹ ਲੈ ਗਏ ਆ ਅਤੇ ਬਾਕੀ ਭੰਨ ਤੋੜ ਕਰ ਗਏ ਜੀ ਇੱਥੇ, ਅਤੇ ਗਾਲਾਂ ਕੱਢ ਕੇ ਗਏ ਅਤੇ ਰੌਲਾ ਪਾ ਕੇ ਗਏ ਆ, ਅਤੇ ਤੁਸੀਂ ਹੁਣ ਜਿੱਥੇ ਮਰਜ਼ੀ ਜਾਓ ਅਤੇ ਅਸੀਂ ਨਹੀਂ ਤੁਹਾਨੂੰ ਛੱਡਣਾ, ਜਾਨੋਂ ਮਾਰਦੀਆਂ ਧਮਕੀਆਂ ਦਿੰਦੇ ਰਹੇ। ਪਹਿਲਾਂ ਫੋਨ ਵੀ ਲਾਇਆ ਇਹਨਾਂ, ਹਾਂਜੀ ਉਹ ਰਿਕਾਰਡਿੰਗ ਵੀ ਹੈਗੀ ਉਹਦੀ ਸਾਰਾ ਫੋਨ 'ਚ ਜੀ। ਨਹੀਂ ਗੋਲੀ ਵਾਲੇ ਨਹੀਂ, ਇਹ ਕੋਈ ਤਲਾਹ ਮਿਲੀ ਆ ਹੁਣ, ਇਹਨਾਂ ਦਾ ਹੋਟਲ ਹੈ ਕੋਈ, ਇਹ ਪਿੱਛੇ ਰੈਜੀਡੈਂਸ਼ੀਅਲ ਏਰੀਆ, ਉਹਨਾਂ ਦੀ ਕਾਰ ਨੂੰ ਲਗਾਉਣ 'ਚ ਝਗੜਾ ਹੋਇਆ ਉੱਥੇ, ਅਤੇ ਉਹ ਹੁਣ ਵੈਰੀਫਾਈ ਕੀਤਾ ਜਾ ਰਿਹਾ, ਦੋਵੇਂ ਪਾਰਟੀਆਂ ਬੁਲਾਈਆਂ ਵੈਰੀਫਾਈ ਕਰ ਰਹੇ ਸਰ।
ਨਹੀਂ ਲਈ ਜਾ ਰਹੀ ਆ। ਹਾਂ ਬੋਤਲਾਂ ਜ਼ਰੂਰ ਚੱਲੀਆਂ ਉਹ, ਪਰ ਵੈਰੀਫਾਈ ਕਰ ਰਹੇ ਹਾਂ ਸਾਰੀ ਗੱਲ ਵੀ ਕਿਉਂ ਚੱਲੀ ਆ ਤੇ ਕਾਰਨ ਨਹੀਂ। ਸਾਨੂੰ ਤਾਂ ਨਹੀਂ ਦਿਖਾਈ, ਜੇ ਹੈਗੀ ਤਾਂ ਦਿਖਾ ਦਿਓ, ਦਿਖਾ ਦਿਓ ਕੋਈ ਹੈਗੀ ਤਾਂ ਦੇਖ ਲੈਂਦੇ ਆਪਾਂ, ਹੈ ਨਾ। ਸਰ ਉਹ ਕੋਈ ਗੱਲ ਕਰੀਏ, ਉਹ ਕਰ ਰਹੇ ਕਲੀਅਰ, ਉਹਨਾਂ ਨੇ ਬਾਈ ਨੇ ਵੀ ਦੱਸਿਆ, ਗੁਆਂਢੀ ਆ ਉਹਨਾਂ ਦੇ। ਅੱਛਾ, ਗੁਆਂਢੀ, ਹਾਂਜੀ।